ਪੰਜਾਬ ਦੇ ਵਿੱਚ ਇੱਕ ਵਾਰ ਫੇਰ ਬੇਅਦਬੀ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਆ ਉਸ ਦੇ ਨਾਲ ਹੀ ਹਿੰਦੂ ਧਰਮ ਦੇ ਗ੍ਰੰਥਾਂ ਦੇ ਵੀ ਅੰਗ ਫਾੜ ਕੇ ਸੁੱਟੇ ਗਏ ਨੇ ਨਹਿਰ ਦੇ ਵਿੱਚ ਇਹ ਅੰਗ ਪਾੜ ਕੇ ਸੁੱਟੇ ਗਏ ਨੇ ਤੇ ਨਹਿਰ ਦੇ ਪਾਣੀ ਦੇ ਉੱਤੇ ਤੈਰਦੇ ਨਜ਼ਰ ਆਏ ਨੇ ਜਿਸ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਿਆ ਗਿਆ ਹੈ ਹਿੰਦੂ ਅਤੇ ਸਿੱਖ ਧਰਮ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ ਦੱਸ ਦਈਏ ਕਿ ਜ਼ੀਰਾ ਦੇ ਪਿੰਡ ਮਨਸੂਰੇਵਾਂ ਦੀ ਇਹ ਘਟਨਾ ਹੈ ਪੁਲਿਸ ਮੌਕੇ 'ਤੇ ਪਹੁੰਚੀ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ ਨੇ ਦੱਸਿਆ ਇਹ ਜਾ ਰਿਹਾ ਹੈ ਕਿ ਫਿਰੋਜ਼ਪੁਰ ਦਾ ਜ਼ੀਰਾ ਹਲਕਾ ਜਿੱਥੋਂ ਦਾ ਪਿੰਡ ਮਨਸੂਰ ਦੇਵਾ ਜਿੱਥੋਂ ਇਹ ਬੇਅਦਬੀ ਦੀ ਘਟਨਾ ਵਾਪਰੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਨਹਿਰ ਦੇ ਵਿੱਚ ਸੁੱਟੇ ਗਏ ਨੇ ਇਸ ਦੇ ਨਾਲ ਹੀ ਹਿੰਦੂ ਧਰਮ ਦੇ ਨਾਲ ਸੰਬੰਧਿਤ ਕੁਝ ਗ੍ਰੰਥਾਂ ਦੇ ਅੰਗ ਵੀ ਪਾੜ ਕੇ ਸੁੱਟੇ ਗਏ ਨੇ ਜਿਸ ਤੋਂ ਬਾਅਦ ਸਿੱਖ ਅਤੇ ਹਿੰਦੂ ਧਰਮ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੁਲਿਸ ਘਟਨਾ ਸਥਾਨ 'ਤੇ ਪਹੁੰਚੀ ਹੈ ਜਾਂਚ ਕੀਤੀ ਜਾ ਰਹੀ ਹੈ ਪਿੰਡ ਵਾਲਿਆਂ ਨੇ ਦੱਸਿਆ ਕਿ ਜਦੋਂ ਪਰਮਜੀਤ ਸਿੰਘ ਸਵੇਰ ਵੇਲੇ ਸੈਰ ਕਰਨ ਲਈ ਨਹਿਰ ਦੇ ਨੇੜੇ ਜਾ ਰਿਹਾ ਸੀ ਤਾਂ ਉਸਨੇ ਗੁਟਕਾ ਸਾਹਿਬ ਅਤੇ ਕਈ ਹਿੰਦੂ ਧਰਮ ਦੇ ਗ੍ਰੰਥਾਂ ਦੇ ਅੰਗ ਫਟੇ ਹੋਏ ਹਾਲਤ ਦੇ ਵਿੱਚ ਨਹਿਰ ਦੇ ਵਿੱਚ ਖੜ੍ਹੇ ਪਾਣੀ 'ਚ ਤੈਰਦੇ ਦੇਖੇ ਜਿਸ ਤੋਂ ਬਾਅਦ ਉਹਨੇ ਪਿੰਡ ਵਾਲਿਆਂ ਨੂੰ ਸੂਚਿਤ ਕੀਤਾ ਸਤਿਕਾਰ ਕਮੇਟੀ ਨੂੰ ਬੁਲਾਇਆ ਗਿਆ ਅਤੇ ਜਿਸ ਤੋਂ ਬਾਅਦ ਉਹ ਅੰਗਾਂ ਨੂੰ ਪੂਰੀ ਮਰਿਆਦਾ ਦੇ ਨਾਲ ਲਿਫਾਫੇ ਦੇ ਵਿੱਚ ਪਾਇਆ ਗਿਆ ਹਾਲਾਂਕਿ ਜਿਸ ਵਿਅਕਤੀ ਨੇ ਇਹ ਅੰਗ ਪਾੜ ਕੇ ਸੁੱਟੇ ਨੇ ਇੱਕ ਕਿਤਾਬ ਵੀ ਮਿਲੀ ਆ ਜਿਸ ਦੇ ਵਿੱਚ ਉਸਦਾ ਨਾਮ ਅਤੇ ਪਤਾ ਵੀ ਲਿਖਿਆ ਹੋਇਆ ਹੈ ਪੁਲਿਸ ਵੱਲੋਂ ਸਬੂਤਾਂ ਨੂੰ ਹੱਥ ਵਿੱਚ ਲੈ ਲਿਆ ਗਿਆ ਕਾਰਵਾਈ ਆਰੰਭ ਦਿੱਤੀ ਗਈ ਹੈ ਪਰ ਬੇਅਦਬੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਅਤੇ ਇੱਕ ਵਾਰ ਫਿਰ ਫਿਰੋਜ਼ਪੁਰ ਦੇ ਜ਼ੀਰਾ ਦੇ ਪਿੰਡ ਮਨਸੂਰ ਦੇਵਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟੇ ਗਏ ਨੇ ਅਤੇ ਕੁਝ ਹਿੰਦੂ ਧਰਮ ਦੇ ਗ੍ਰੰਥਾਂ ਦੇ ਅੰਗ ਵੀ ਪਾੜ ਕੇ ਸੁੱਟੇ ਗਏ ਨੇ ਮੇਰਾ ਨਾਮ ਪਰਮਜੀਤ ਸਿੰਘ ਪਿੰਡ ਮਨਸੂਰ ਦੇਵਾ ਜੀ ਨਹਿਰ ਦੇ ਪੁਲ ਦੇ ਉੱਤੇ ਖੜ੍ਹੇ ਹਾਂ ਸੁਬਾਹ ਜਦੋਂ ਮੈਂ ਇੱਧਰ ਆਇਆ ਸੈਰ ਕਰਨ ਆਉਂਦਿਆਂ ਨੂੰ ਇਹ ਦੋਸ਼ੀ ਦਾ ਇਹ ਕਾਰਾ ਕੀਤਾ ਪਿਆ ਹੈਗਾ ਉਸ ਤੋਂ ਉਪਰੰਤ ਮੈਂ ਆਪਦੇ ਪੰਚਾਇਤ ਮੈਂਬਰ ਸਰਪੰਚ ਨੂੰ ਜਥੇਬੰਦੀਆਂ ਨੂੰ ਫੋਨ ਲਾਇਆ ਮੁਲਾਜ਼ਮ ਸਾਰੇ ਪਹੁੰਚ ਚੁੱਕੇ ਆ ਹਿੰਦੂ ਧਰਮ ਦੀ ਸਿੱਖ ਧਰਮ ਦੇ ਗੁਟਕਾ ਸਾਹਿਬ ਦੋਸ਼ੀ ਦਾ ਐਡਰੈਸ ਵਿੱਚ ਕਿਤਾਬ ਲਿਖੇ ਨਾ ਉਹਨਾਂ ਤੋਂ ਆ ਗਈ ਉਹ ਜੀਰੇ ਦਾ ਹੈ ਅਸੀਂ ਅੱਜ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂ ਵੀ ਤੁਰੰਤ ਇਹਨਾਂ ਦੋਸ਼ੀਆਂ ਖਿਲਾਫ਼ SSP ਫਿਰੋਜ਼ਪੁਰ DGP ਪੰਜਾਬ ਤੋਂ ਅਤੇ ਪੰਜਾਬ ਸਰਕਾਰ ਤੋਂ ਤੁਸੀਂ ਜਦੋਂ ਸਰਕਾਰਾਂ ਬਣਾਈਆਂ ਸੀ ਬੜੀਆਂ ਡੀਂਗਾਂ ਮਾਰੀਆਂ ਸੀ ਅਕਾਲੀ ਦਲ ਨੇ ਬੇਅਦਬੀ ਕੀਤੀ ਫਲਾਨਿਆਂ ਨੇ ਕੀਤੀ ਆ ਹੁਣ ਤੁਹਾਡੀ ਸਰਕਾਰ 'ਚ ਕੋਈ ਐਸਾ ਦਿਨ ਨਹੀਂ ਕਿਹੜੇ ਦਿਨ ਬੇਅਦਬੀ ਨਹੀਂ ਹੁੰਦੀ ਤੁਸੀਂ ਸਾਡੇ ਕਿ ਤੁਸੀਂ ਆਉਣੇ ਆ ਜਥੇਬੰਦੀਆਂ ਇਕੱਠੀਆਂ ਹੋ ਕੇ ਆਉਂਦੀਆਂ ਨੇ ਤਿੰਨ ਟੁਕੜਿਆਂ ਦਾ ਕਾਗਜ਼ ਸਾਡੇ ਹੱਥ 'ਚ ਫੜਾਉਂਦੇ FIR ਕੱਟ ਕੇ ਉਹ ਤਿੰਨ ਕਾਗਜ਼ ਟੁਕੜਿਆਂ ਦੇ ਕਾਗਜ਼ ਨੂੰ ਚੱਟਦੇ ਰਹਿੰਦੇ ਅਸੀਂ ਫੋਨ ਕਰਦੇ ਰਹਿੰਦੇ ਪ੍ਰਸ਼ਾਸਨ ਨੂੰ ਅੱਜ ਤੱਕ ਕਿਤੇ ਕਾਰਵਾਈ ਨਹੀਂ ਹੁੰਦੀ ਹੁਣ ਜੇ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗਾ SSP ਫਿਰੋਜ਼ਪੁਰ ਨੂੰ ਖਾਸ ਕਰਕੇ ਜੇ ਤਾਂ ਕਾਰਵਾਈ ਕਰਨੀ ਤਾਂ FIR ਕਰ ਦਿਓ ਨਹੀਂ ਤਾਂ FIR ਨਹੀਂ ਕਰਾਉਣੀ ਅਸੀਂ ਇਹ 'ਤੇ ਵੀ ਸਾਨੂੰ ਕਿਉਂ ਜਾਣ ਬੁੱਝ ਕੇ ਧਰਮਾਂ ਦੀ ਨਿਰਾਦਰੀ ਕੀਤੀ ਜਾ ਰਹੀ ਆ ਅਸੀਂ ਹਜ਼ਾਰਾਂ FIR ਕਰਾ ਚੁੱਕੇ ਹਾਂ 2 ਸਾਲ ਪਹਿਲਾਂ ਇਸੇ ਪਿੰਡ ਦੇ ਵਿੱਚ ਰੋਡ ਦੇ ਉੱਤੇ ਗੁਟਕਾ ਸਾਹਿਬ ਲੱਡੂ ਰੱਖ ਕੇ ਰੱਖ ਕੇ ਪਰਚਾ ਦਰਜ ਕਰਾਇਆ ਮੇਰੇ ਬਿਆਨਾਂ ਤੋਂ ਅੱਜ ਤੱਕ ਕੋਈ ਪ੍ਰਸ਼ਾਸਨ ਉਹਦੇ ਕਾਰਵਾਈ ਨਹੀਂ ਕੀਤੀ ਔਰ ਮੈਂ ਸੈਂਕੜੇ ਮੇਰੇ ਆਪਦੇ ਬਿਆਨਾਂ ਦੇ 50 ਤੋਂ ਵੱਧ ਪਰਚੇ ਮੈਂ ਕਰਾ ਚੁੱਕਾ ਹਾਂ ਅੱਜ ਤੱਕ ਇੱਕ ਪਰਚੇ ਦੀ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਵੀ ਅਸੀਂ ਹੁਣ ਜੇ ਪ੍ਰਸ਼ਾਸਨ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ ਜੇ ਤਾਂ ਕੋਈ ਕਾਰਵਾਈ ਕਰਨੀ ਹੈ ਕਮੇਟੀ ਬਣਾ ਕੇ ਕਰ ਦਿਓ ਨਹੀਂ ਤਾਂ ਪਰਚਾ FIR ਕਰਨ ਦੀ ਲੋੜ ਨਹੀਂ ਸਾਡੇ ਹੱਥੀ ਆ ਤਾਂ ਆਪੇ ਦੋਸ਼ ਨੂੰ ਸੋਧ ਲੈਣ ਸਾਨੂੰ ਸੋਧ ਲਾਉਂਦਾ ਹੈ 7:30 ਵਜੇ ਨਾ ਸਰਪੰਚ ਦਾ ਜਗਨ ਦਾ ਫੋਨ ਆਇਆ ਸੀ ਜਿੱਥੇ ਜਿਹੜੇ ਦੇ ਮਹਾਰਾਜ ਦੇ ਜਿਹੜੇ ਸੂਜੀ ਮਹਾਰਾਜ ਦੇ ਮਤਲਬ ਪਾਇਆ ਜਿਹੜੀ ਤੁਸੀਂ ਮੌਕੇ ਤੇ ਪੁੱਛੀ ਹੈ ਮੌਕੇ ਤੇ ਪੁੱਛ ਕੇ ਜਿਹੜੀ ਵੀ ਜਿਹੜੀ ਕਾਰਵਾਈ ਬਣਦੀ ਆ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਪਰਚਾ ਦਰਜ ਕੀਤਾ ਜਾਊਗਾ ਜਿਹੜਾ ਵੀ ਕੋਈ ਦੋਸ਼ੀ ਪਾਇਆ ਜਾਊਗਾ ਉਹਨੂੰ ਨਹੀਂ ਪਤਾ।